PSPCL ਦੀ ਮੈਨੇਜਮੈਂਟ ਵੱਲੋਂ PSEB ਅੰਪਲਾਈ ਜੁਆਇਨ ਫੋਰਮ ਨੂੰ ਮੀਟਿੰਗ ਦਿੱਤੀ ਗਈ ਆ, ਜੋ ਕਿ ਮੀਟਿੰਗ 7 ਜੂਨ 2022 ਨੂੰ ਹੈੱਡ ਆਫਿਸ ਪਟਿਆਲੇ ਵਿਖੇ 11 ਵਜੇ ਹੋਵੇਗੀ। ਹੁਣ ਆਸ ਕੀਤੀ ਜਾ ਸਕਦੀ ਹੈ PSPCL ਮੈਨੇਜਮੈਂਟ ਤੋਂ, ਜੋ PSPCL ਦੇ ਮੁਲਾਜ਼ਮ ਮੰਗਾਂ ਹਨ। ਮੇਨ ਮੰਗ ਹੈ ਕਿ ਪੇਂਡੂ ਭੱਤਾ ਬਹਾਲ ਕੀਤਾ ਜਾਵੇ, ਜੋ 1700 ਪੋਸਟਾਂ ਕੱਟੀਆਂ ਹਨ ਉਹ ਵੀ ਬਹਾਲ ਕੀਤੀਆਂ ਜਾਣ। ਪੰਜਾਬ ਦੇ ਪ੍ਰਸੋਲਨ ਵਿਭਾਗ ਵੱਲੋਂ ਨਵਾਂ ਪੱਤਰ ਪ੍ਰਾਪਤ ਹੋਇਆ ਹੈ, ਜਿਸ ਦੇ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਬਦਲੀ 30 ਜੂਨ ਤੱਕ ਹੋ ਸਕਦੀ ਹੈ ਜੀ। ਉਸ ਤੋਂ ਬਾਅਦ ਬਦਲੀ ਹੈ ਜੋ ਜਾਂ ਤਾਂ ਪ੍ਰਮੋਸ਼ਨ 'ਤੇ ਹੋਵੇਗੀ ਜਾਂ ਫਿਰ ਕਿਸੇ ਮੁਲਾਜ਼ਮ ਦੀ ਸ਼ਿਕਾਇਤ ਹੋਵੇਗੀ, ਉਹ ਵੀ ਮੁੱਖ ਮੰਤਰੀ ਦੀ ਪ੍ਰਵਾਨਗੀ ਨਾਲ ਹੋਵੇਗੀ ਜੀ। ਜੇਕਰ ਕਿਸੇ ਮੁਲਾਜ਼ਮ ਨੇ ਬਦਲੀ ਕਰਵਾਉਣੀ ਹੋਵੇ ਤਾਂ 30 ਜੂਨ 2022 ਤੱਕ ਆਪਣੀ ਐਪਲੀਕੇਸ਼ਨ ਦੇ ਸਕਦਾ ਹੈ ਜੀ, ਉਸ ਦੀ ਬਦਲੀ ਹੋਵੇਗੀ। ਅਤੇ ਉਸ ਤੋਂ ਬਾਅਦ ਜੋ ਬਦਲੀ ਆ ਪ੍ਰਮੋਸ਼ਨ 'ਤੇ ਜਾਂ ਫਿਰ ਕਿਸੇ ਮੁਲਾਜ਼ਮ ਸ਼ਿਕਾਇਤ ਹੋਵੇਗੀ, ਉਹ ਵੀ ਮੁੱਖ ਮੰਤਰੀ ਪ੍ਰਵਾਨਗੀ ਨਾਲ ਬਦਲੀ ਕੀਤੀ ਜਾਵੇਗੀ ਜੀ। DTF ਯੂਨੀਅਨ ਦੇ ਆਗੂ ਅਤੇ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਰਦੇਹਾ ਦੀ ਕੋਠੀ ਦਾ ਘਰਾਓ ਬਰਨਾਲੇ ਵਿੱਚ ਕੀਤਾ ਗਿਆ। ਉਸ ਤੋਂ ਬਾਅਦ ਅਧਿਆਪਕਾਂ ਨੇ ਕਿਹਾ ਕਿ ਸਾਨੂੰ ਮੀਟਿੰਗ 9 ਜੂਨ ਨੂੰ ਸਿੱਖਿਆ ਮੰਤਰੀ ਦਿੱਤੀ ਹੈ, ਜੇਕਰ 9 ਜੂਨ ਨੂੰ ਮੀਟਿੰਗ ਦੇ ਵਿੱਚ ਮਸਲੇ ਹੱਲ ਨਹੀਂ ਹੁੰਦੇ ਤਾਂ ਅਸੀਂ ਸੰਘਰਸ਼ ਦੇਖਾ ਕਰਾਂਗੇ। DMF ਦੇ ਸੂਬਾ ਪ੍ਰਧਾਨ ਜਰਮਨੀ ਸਿੰਘ ਨੇ ਕਿਹਾ ਜੇਕਰ ਅਧਿਆਪਕ ਨੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਦੇਖਾ ਕੀਤਾ ਜਾਵੇਗਾ ਜੀ। ਪਾਵਰਕੌਮ ਅਤੇ ਟਰਾਂਸਕੋ ਕੰਟਰੈਕਟਰ ਵਰਗ ਯੂਨੀਅਨ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਰਾਓ ਕੀਤਾ ਗਿਆ ਅਤੇ ਉਸ ਤੋਂ ਬਾਅਦ ਚੰਡੀਗੜ੍ਹ ਅਤੇ ਸੰਗਰੂਰ ਰੋਡ ਜਾਮ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਆਸਾ ਵਰਕਰਾਂ ਨੂੰ ਜੋ 2500 ਰੁਪਈਆ ਪ੍ਰਤੀ ਮਹੀਨਾ ਮਾਨ ਦਿੱਤਾ ਜਾਂਦਾ ਸੀ, 31 ਮਾਰਚ ਤੋਂ ਕੱਟ ਲਿਆ ਗਿਆ ਹੈ ਜੀ। ਕੁਝ ਮੁਲਾਜ਼ਮਾਂ ਨੂੰ 10000 ਰੁਪਇਆ ਸਪੈਸ਼ਲ ਇਨਸੈਂਟਿਵ ਦਿੱਤਾ ਜਾਂਦਾ ਸੀ, ਉਹ ਵੀ 31 ਮਾਰਚ ਤੋਂ ਕੱਟ ਲਿਆ ਗਿਆ ਸੀ। ਅਸੀਂ ਮੰਗ ਕਰਦੇ ਹਾਂ ਮੁੱਖ ਮੰਤਰੀ ਪੰਜਾਬ ਤੋਂ ਕਿ ਉਹਨਾਂ ਦਾ ਜੋ ਮਾਨ ਭੱਤਾ ਹੈ ਆਸਾ ਵਰਕਰਾਂ ਦਾ ਬਹਾਲ ਕੀਤਾ ਜਾਵੇ। ਸਿਵਲ ਹਸਪਤਾਲ ਤਵਾ ਮੰਡੀ ਦੇ ਕੱਢੇ ਕਰਮਚਾਰੀਆਂ ਨੂੰ ਡਿਊਟੀ ਦੇ ਦੁਆਰਾ ਰੱਖਿਆ ਜਾਵੇ, ਕਿਉਂਕਿ 34 ਦਿਨ ਹੋ ਚੁੱਕੇ ਹਨ ਉਹ ਸਿਵਲ ਹਸਪਤਾਲ ਤਵਾ ਮੰਡੀ ਦੇ ਸਾਹਮਣੇ ਧਰਨਾ ਲਾ ਕੇ ਬੈਠੇ ਆ ਬਾਹਰ, ਅਤੇ ਉਹਨਾਂ ਨੂੰ ਰੱਖਿਆ ਜਾਵੇ ਜੀ। ਇਸ ਤਰ੍ਹਾਂ ਹੀ ਰਜਿੰਦਰਾ ਹਸਪਤਾਲ ਪਟਿਆਲੇ ਦੇ ਵਿੱਚੋਂ 150 ਮੁਲਾਜ਼ਮ ਕੱਢੇ ਗਏ ਹਨ, ਉਹਨਾਂ ਨੂੰ ਦੁਬਾਰਾ ਡਿਊਟੀ ਲਿਆ ਜਾਵੇ ਜੀ। ਸਤਿਕਾਰਯੋਗ ਸਾਥੀਓ, ਹੁਣ ਮੇਰੀ ਬੇਨਤੀ ਆ, ਮੇਰੇ ਚੈਨਲ ਸਬਸਕ੍ਰਾਈਬ ਕਰੋ, ਰੈੱਡ ਬਟਨ ਦਬਾ ਕੇ ਬੈਲ ਆਈਕਨ ਬਟਨ ਦਬਾਓ ਜੀ। ਧੰਨਵਾਦ ਸਾਥੀਓ।